सरकारी अदारे स्टैंप यूज करते ने उदे ते त्रिमूर्ति जे कहिए कि भारत सरकार दा जिहड़ा चिन्ह है वह लग्या हुंदा है ते उनू सरकारी अदारा ही यूज कर सकदा। जिहड़ा सरकार दा काम है वह सरकार ही कर सकती है, उनू कोई प्राइवेट बंदा परसनल कैपेसिटी ते एग्जीक्यूट नहीं कर सकता। भारत सरकार दी सेवा च इह पत्तर इह कागज इत्थों निकल रहा है, वह सरकार दी मोहर लगती है ते प्लस उहदे उत्ते OIGC लिखा जांदा है ते एक कोड इशू हुंदा है, उस कोड दे नाल चिट्ठी दे उत्ते टिकट लगदी है सरकार दी शेयर वाली ते उह जारी हुंदी है। इह भारत सरकार दा पैसा है, इहनू संभाल के रखना बड़ा जरूरी है, और जे इह पैसा कोई भी चोरी करदा है नुकसान पहुंचांदा है धारा 444 ते करप्शन देश द्रोह दा मुकदमा चोरी दा मुकदमा गवर्नमेंट दी स्टैंप नूं मिसयूज करन दा मुकदमा इह ओह बंदे ते इह लगदे ने। मिस्ट्रेस गवर्नमेंट मिडल स्कूल 56 पलसोरे च एक चिट्ठी पाई सी अपने इस लैटर पैड दे उत्ते, आ लैटर पैड है, लैटर पैड दे विच उहने लिखिया सी कि जे तू आ ना कीता जे तू बंदियां नूं धमकी वाला लैटर है और असीं तेरा पुतला फूकांगे। फिर उस तों बाद DO नूं चिट्ठी लिखती, फिर DSC नूं चिट्ठी लिखती। ₹30 उम्र कैद कराउणगे ते जां देश द्रोह दा मुकदमा दर्ज कराउणगे। डिप्टी कमिश्नर साहब सुनील कुमार मल्लन नूं ऑथराइज करदे ने टिकट वरतण लई, ताकत नहीं है उन्होंने, वह मैनू ऑथराइज भी कर कहे कि चलो 30 रुपए जमा करा देने सरकारी। इस तो पहले मैं 20 रुपए भी पटवारी की कैद कराई नहीं कराई, उन्हें सिर्फ 10 रुपये साहब सारे मामले ये कही है कि इस तरह देने कि तुसी 10-10, 20-20 रुपया पिछले लोगों ने लड़ी है। पता नहीं थोनू उस बाद चाहो कह भी भाई हजे कोर्ट ने फैसला करा नहीं, सुनील मल्लन पहले ही रौला पाई जाता कि पता अभी कल सही साबित कर दी अगले को तत्थ हूं कोई सबूत लाई बैठा हो। कोई नहीं जे सही साबित कर देंगे तो मैं वकालत छोड़ दूंगा। ਪਹਿਲਾਂ ਵੀ ਛੁੰਛਣਾ TV ਬੰਦ ਕਰਾਇਆ ਸੀ, ਹੁਣ ਇਹ ਵੀ ਬੰਦ ਹੋਏਗਾ, ਉਹਦਾ ਵੀ ਇਹਨਾਂ ਦਿਖਾਣਾ ਨੋਟਿਸ। ਮਿਨਿਸਟਰੀ ਆਫ ਬ੍ਰੌਡਕਾਸਟ ਐਂਡ ਕਮਿਊਨੀਕੇਸ਼ਨ ਨੂੰ ਮੈਂ ਨੋਟਿਸ ਪਾਇਆ ਕਿ ਇਹ ਬੰਦਾ ਆਪਣੇ ਆਪ ਨੂੰ TV ਚੈਨਲ ਕਹਿੰਦਾ ਤੇ ਇਹਦਾ ਮੈਨੂੰ ਲਾਇਸੈਂਸ ਵਿਖਾਓ ਕਿੱਥੇ ਹੈ। ਮੈਂਡੇਟਰੀ ਲਾਇਸੈਂਸ ਹੈ, ਯੂ ਕੈਨ ਨਾਟ ਬੀ ਅੰਡਰ ਦੀ ਨੇਮ ਆਫ TV ਚੈਨਲ। ਸਤਿ ਸ਼੍ਰੀ ਅਕਾਲ ਜੀ, ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇੱਕ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ। ਉਹ ਮਾਮਲੇ ਦੀ ਜੇ ਗੱਲ ਕਰੀਏ ਤਾਂ ਮਾਮਲਾ 30 ਰੁਪਿਆਂ ਦੀ ਸਟੈਂਪਾਂ ਦਾ, ਉਹ 30 ਰੁਪਿਆਂ ਦੀ ਸਟੈਂਪਾਂ ਕਰਕੇ ਆਖਿਰਕਾਰ ਜੇ ਕਹੀਏ ਮਾਮਲਾ ਹਾਈ ਕੋਰਟ ਪਹੁੰਚ ਜਾਂਦਾ ਤੇ ਇਹਦੇ ਵਿੱਚ ਆਖਿਰ ਅਜਿਹਾ ਕੀ ਹੋ ਗਿਆ ਕਿ 30 ਰੁਪਿਆਂ ਦੀ ਸਟੈਂਪਾਂ ਕਰਕੇ ਪਹਿਲਾਂ ਤਾਂ ਮਾਮਲਾ ਹਾਈ ਕੋਰਟ ਪਹੁੰਚਦਾ ਤੇ ਹਾਈ ਕੋਰਟ ਵੀ ਉਹਨੂੰ ਬੜੀ ਨਾਜ਼ੁਕਤਾ ਨਾਲ ਲੈਂਦਾ ਹੋਇਆ ਨੋਟਿਸ ਦਾਖਲ ਨੋਟਿਸ ਭੇਜ ਕੇ ਜਵਾਬ ਮੰਗਿਆ ਜਾਂਦਾ ਤੇ ਉਹ ਧਿਰਾਂ ਦੇ ਵਿੱਚ ਹੁਣ ਆਖਰ ਜਵਾਬ ਖੈਰ ਦਿੱਤਾ ਦੇ ਤੋਂ ਪਤਾ ਲੱਗੂ ਕੀ ਦਿੰਦੇ ਨੇਗੇ। ਪਰ ਇਹਦੇ ਵਿੱਚ ਜੇ ਦੇਖਿਆ ਜਾਵੇ ਮਾਮਲਾ ਸਰਕਾਰੀ ਸਟੈਂਪਾਂ ਨੂੰ ਰੋਕਿਆ, ਯਾਨੀ ਕਿ ਆਮ ਚਿੱਠੀ 'ਤੇ ਜਿਹੜੀ ਅਸੀਂ ਸਟੈਂਪ ਲਾਉਂਦੇ ਹਾਂ ਉਹ ਪ੍ਰਾਈਵੇਟ ਤੌਰ 'ਤੇ ਡਾਕਖਾਨੇ ਤੋਂ ਕੋਈ ਵੀ ਲੈ ਲੈਂਦਾ, ਤੁਸੀਂ ਕਹੋਗੇ ਇਹਦੇ ਵਿੱਚ ਕੋਈ ਖਾਸ ਵੱਡੀ ਗੱਲ ਨਹੀਂ। ਪਰ ਜਿਹੜੀ ਸਰਕਾਰੀ ਅਦਾਰੇ ਸਟੈਂਪ ਯੂਜ਼ ਕਰਦੇ ਨੇ ਉਹਦੇ 'ਤੇ ਤ੍ਰਿਮੂਰਤੀ ਜੇ ਕਹੀਏ ਕਿ ਭਾਰਤ ਸਰਕਾਰ ਦਾ ਜਿਹੜਾ ਚਿੰਨ੍ਹ ਹੈ ਉਹ ਲੱਗਿਆ ਹੁੰਦਾ ਅਤੇ ਉਹਨੂੰ ਸਰਕਾਰੀ ਅਦਾਰਾ ਹੀ ਯੂਜ਼ ਕਰ ਸਕਦਾ। ਹੁਣ ਸਾਡੇ ਨਾਲ ਐਡਵੋਕੇਟ ਸੁਨੀਲ ਮਲਨ ਨੇ, ਮਲਨ ਸਾਹਿਬ ਇਹ ਕੀ ਮਾਮਲਾ ਹੈ ਸਮਝ ਨਹੀਂ ਲੱਗ ਰਿਹਾ, 30 ਰੁਪਈਆਂ ਦੀਆਂ ਸਟੈਂਪਾਂ ਸਰਕਾਰੀ ਸਟੈਂਪ ਉਹਨੂੰ ਕੋਈ ਯੂਜ਼ ਕਰ ਸਕਦਾ ਨਹੀਂ ਕਰ ਸਕਦਾ, 30 ਰੁਪਈਆਂ ਦੀ ਐਡੀ ਕਿੱਡੀ ਕੁ ਗੱਲ ਸੀ ਕਿ ਆਖਿਰਕਾਰ ਤੁਸੀਂ ਕੋਰਟ ਪਹੁੰਚ ਗਏ ਹੋ? ਹਾਈ ਕੋਰਟ ਪਹੁੰਚ ਗਏ, ਸਿਰਫ ਕੋਰਟ ਨਹੀਂ ਪਹੁੰਚੇ ਹਾਈ ਕੋਰਟ ਪਹੁੰਚਿਆ, ਮੈਂ 15 ਪੈਸੇ ਪਿੱਛੇ ਪਹੁੰਚਿਆ ਹੋਇਆ। ਦੇਖੋ ਜਿਹੜੀ ਚੋਰੀ ਦੀ ਡੈਫੀਨੇਸ਼ਨ ਹੈ ਨਾ, ਚੋਰੀ 'ਚ ਕਿਤੇ ਅਮਾਊਂਟ ਸ਼ਬਦ ਨਹੀਂ ਲਿਖਿਆ ਕਿ ਜੇ ਮੈਂ 1 ਲੱਖ ਰੁਪਇਆ ਤੁਹਾਡੀ ਜੇਬ 'ਚੋਂ ਕੱਢਦਾ ਤਾਂ ਚੋਰੀ ਹੈ, ਆਹ ਟੁੱਟੀ ਪੈਨਸਲ ਐਡਾ ਟੋਟਾ ਇਹਦੀ ਮਾਲਕੀ ਤੁਸੀਂ ਸਾਬਤ ਕਰ ਦਿਓ ਕਿ ਮੈਂ ਮਾਲਕ ਹਾਂ ਅਤੇ ਮੈਂ ਚੋਰੀ ਕਰ ਲਾਂ ਅਤੇ ਮੈਨੂੰ ਜੇ 7 ਸਾਲ ਸਜ਼ਾ ਬਣਦੀ ਹੈ ਤਾਂ 7 ਸਾਲ ਪੂਰੀ ਮਿਲੂਗੀ, ਘੱਟ ਨਹੀਂ ਮਿਲੂਗੀ। ਇਹ ਨਹੀਂ ਹੈਗਾ ਵੀ ਛੋਟੀ ਜਿਹੀ ਪੈਨਸਲ ਆ, ਛੋਟੀ ਜਿਹੀ ਪੈਨਸਲ ਹੈ, ਇਹਦੀ ਕੀਮਤ ਹੀ ਕੁਛ ਨਹੀਂ ਹੋਣੀ, ਸ਼ਾਇਦ ਡਿੱਗ ਪਏ ਤੁਸੀਂ ਚੁੱਕੋ ਵੀ ਨਾ, ਪਰ ਜੇ ਤੁਸੀਂ ਹੋ ਸਕਦਾ ਵੀ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਵੇ, ਹੈ ਵਟ ਐਵਰ ਕੋਈ ਵੀ ਰੀਜ਼ਨ ਹੋ ਸਕਦਾ। ਇਸੇ ਤਰ੍ਹਾਂ ਹਰ ਜਗ੍ਹਾ 'ਤੇ ਇੱਕ ਮਰਿਆਦਾ ਹੈ, ਸਰਕਾਰ ਦੀ ਪ੍ਰਾਈਵੇਟ ਬੰਦੇ ਦੀ ਹਰ ਬੰਦੇ ਦਾ ਇੱਕ ਕੌਨਸਟੀਟਿਊਸ਼ਨਲ ਰਾਈਟ ਹੈ, ਉਹਦਾ ਤਰੀਕਾ ਹੈ, ਪਰ ਜਿਹੜਾ ਸਰਕਾਰ ਦਾ ਕੰਮ ਹੈ ਉਹ ਸਰਕਾਰ ਹੀ ਕਰ ਸਕਦੀ ਹੈ, ਉਹਨੂੰ ਕੋਈ ਪ੍ਰਾਈਵੇਟ ਬੰਦਾ ਪਰਸਨਲ ਕਪੈਸਿਟੀ 'ਚ ਐਗਜੀਕਿਊਟ ਨਹੀਂ ਕਰ ਸਕਦਾ। ਡਿਪਟੀ ਕਮਿਸ਼ਨਰ ਬਤੌਰ ਡਿਪਟੀ ਕਮਿਸ਼ਨਰ ਉਹ ਕੰਮ ਕਰ ਸਕਦਾ, ਪਰ ਮੰਨ ਲਓ ਸੁਨੀਲ ਮਲਨ ਡਿਪਟੀ ਕਮਿਸ਼ਨਰ ਹੈ ਤਾਂ ਸੁਨੀਲ ਮਲਨ ਘਰ ਦੀ ਚਿੱਠੀ ਪਾਏਗਾ ਆਪਣੀ ਭੂਆ ਨੂੰ, ਮਾਸੀ ਨੂੰ, ਫੁੱਫੜ ਨੂੰ, ਚਾਚੇ ਨੂੰ, ਤਾਏ ਨੂੰ, ਗੁਆਂਢੀ ਨੂੰ, ਅਤੇ ਉਹਦੇ 'ਤੇ ਉਹ ਟਿਕਟ ਕਿਹੜੀ ਵਰਤੇਗਾ? ਡਾਕਖਾਨੇ ਜਾਏਗਾ। ਡਾਕਖਾਨੇ 'ਚ 2 ਤਰ੍ਹਾਂ ਦੀਆਂ ਟਿਕਟਾਂ ਮਿਲਦੀਆਂ,
ਪਹਿਲੀ ਟਿਕਟ ਮਿਲਦੀ ਹੈ ਨਾਰਮਲ ਟਿਕਟ 5 ਰੁਪਏ 10 ਰੁਪਏ 20 ਰੁਪਏ 50 ਰੁਪਏ 100 ਰੁਪਏ ਕੋਈ ਵੀ ਲੈ ਲੈਣੇ ਆ ਕੋਈ ਵੀ ਲੈ ਲੈਣੇ ਆ ਇੱਕ ਉੱਥੇ ਇੱਕ ਹੋਰ ਡਿਪਾਰਟਮੈਂਟ ਦਾ ਉਹਨੂੰ ਕਹਿੰਦੇ ਫਲੈਟਲਿਕ ਡਿਪਾਰਟਮੈਂਟ ਫਲੈਟਲਿਕ ਡਿਪਾਰਟਮੈਂਟ 'ਚ ਉਹ ਟਿਕਟਾਂ ਹੁੰਦੀਆਂ ਨੇ ਜਿਹੜੀਆਂ ਇੱਕ ਸਪੈਸੀਫਿਕ ਕੈਟਾਗਰੀ 'ਚ ਮਿਲਦੀਆਂ ਨੇ ਔਰ ਉਹਨਾਂ ਨੂੰ ਲੋਕ ਜਿਹੜੇ ਸਟੈਂਪ ਕਲੈਕਟਰ ਨੇ ਉਹਨੂੰ ਕਲੈਕਟ ਕਰਦੇ ਨੇ ਵਿੰਟੇਜ ਸਟੈਂਪਸ ਜਿਹਨੂੰ ਆਪਾਂ ਕਹਿੰਦੇ ਹਾਂ ਉਹਨਾਂ ਦੀ ਕੀਮਤ 5 ਰੁਪਏ ਹੀ ਹੁੰਦੀ ਹੈ ਔਰ ਉਹਨੂੰ ਮੁੜ ਕੇ ਲੇਟਰ ਔਨ ਜਦੋਂ ਬੰਦੇ 20 ਸਾਲ 50 ਸਾਲ 40 ਸਾਲ ਸਾਂਭ ਕੇ ਰੱਖਦੇ ਆ ਉਹ 1 ਰੁਪਏ ਦੀ ਟਿਕਟ ਹੋ ਸਕਦਾ ਕਰੋੜ ਰੁਪਏ ਦੀ ਵਿਕੇ ਉਹ ਵੀ ਟਿਕਟ ਪੋਸਟੇਜ 'ਚ ਵਰਤੀ ਜਾਂਦੀ ਹੈ ਤੀਸਰੀ ਤਰ੍ਹਾਂ ਦੀ ਜਿਹੜੀ ਟਿਕਟ ਹੁੰਦੀ ਹੈ ਉਹ ਹੁੰਦੀ ਹੈ ਸਰਕਾਰ ਵੱਲੋਂ ਸਰਕਾਰ ਦੀ ਟਿਕਟ ਮੈਂ ਸ਼ਬਦ ਵਰਤਿਆ ਸਰਕਾਰ ਵੱਲੋਂ ਸਰਕਾਰ ਦੀ ਟਿਕਟ ਯਾਨੀ ਕਿ ਔਨ ਓ ਆਈ ਜੀ ਸੀ ਚਿੱਠੇ ਦੇ ਉੱਪਰ ਲਿਖਿਆ ਤਾਂ ਔਨ ਇੰਡੀਅਨ ਗੌਰਮੈਂਟ ਸਰਵਿਸ ਕਿ ਭਾਰਤ ਸਰਕਾਰ ਦੀ ਸੇਵਾ 'ਚ ਇਹ ਪੱਤਰ ਇਹ ਕਾਗਜ਼ ਇੱਥੋਂ ਨਿਕਲ ਰਿਹਾ ਉਹ ਸਰਕਾਰ ਦੀ ਮੋਹਰ ਲੱਗਦੀ ਹੈ ਅਤੇ ਪਲੱਸ ਉਹਦੇ ਉੱਤੇ ਓ ਆਈ ਜੀ ਸੀ ਲਿਖਿਆ ਜਾਂਦਾ ਅਤੇ ਇੱਕ ਕੋਡ ਇਸ਼ੂ ਹੁੰਦਾ ਹੈ ਉਸ ਕੋਡ ਦੇ ਨਾਲ ਉਹ ਚਿੱਠੀ ਦੇ ਉੱਤੇ ਟਿਕਟ ਲੱਗਦੀ ਹੈ ਸਰਕਾਰ ਦੀ ਸ਼ੇਅਰ ਵਾਲੀ ਅਤੇ ਉਹ ਜਾਰੀ ਹੁੰਦੀ ਹੈ ਉਸ ਟਿਕਟ ਨੂੰ ਖਰੀਦਣ ਲਈ ਵੀ ਧਾਰਾ 165 166 167 ਇੰਡੀਅਨ ਸਟੈਂਪ ਐਕਟ ਦੇ ਮੁਤਾਬਕ ਉਹ ਤਾਂ ਅਲੱਗ ਅਲੱਗ ਧਾਰਾ ਨੇ ਉਹਨੂੰ ਖਰੀਦਣ ਲਈ ਵੀ ਬਾਏ ਪੋਸਟ ਨੇਮ ਇੰਡੀਅਨ ਟ੍ਰੇਜਰੀ ਜਿੱਥੇ ਵੀ ਹੈਗੀ ਆ ਉਹ ਚੰਡੀਗੜ੍ਹ 'ਚ ਵੀ ਹੋ ਸਕਦੀ ਹੈ ਅੰਮ੍ਰਿਤਸਰ ਵੀ ਹੋ ਸਕਦੀ ਹੈ ਹਰ ਸੂਬੇ 'ਚ ਟ੍ਰੇਜਰੀ ਹੁੰਦੀ ਹੈ ਖਜ਼ਾਨਾ ਸਰਕਾਰੀ ਖਜ਼ਾਨੇ ਨੂੰ ਚੈੱਕ ਦਿੱਤਾ ਜਾਣਾ ਡਿਪਾਰਟਮੈਂਟ ਵੱਲੋਂ ਬਾਏ ਨੇਮ ਚੈੱਕ ਵੀ ਨਹੀਂ ਲੈਂਦੀ ਟ੍ਰੇਜਰੀ ਇਹ ਵੀ ਦੱਸਾਂ ਮੈਂ ਤੁਹਾਨੂੰ ਯਾਨੀ ਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਜਾਂ ਡਿਪਟੀ ਕਮਿਸ਼ਨਰ ਚੰਡੀਗੜ੍ਹ ਲਿਖ ਕੇ ਉਹਦੇ ਵੱਲੋਂ ਚੈੱਕ ਜਾਏਗਾ ਟੂ ਦਾ ਗਵਰਨਮੈਂਟ ਟ੍ਰੇਜਰੀ ਉਹਦਾ ਵੀ ਇੱਕ ਖਾਤਾ ਨੰਬਰ ਹੋਏਗਾ ਉਹਦੇ ਵਿੱਚ ਨਾਲ ਇੱਕ ਨੋਟ ਲੱਗੇਗਾ ਇੰਟਰ ਮੀਮੋ ਕਹਿ ਦਿਓ ਕਿ ਸਾਨੂੰ 5-5 ਰੁਪਏ ਵਾਲੀਆਂ ਇੰਨੀਆਂ ਟਿਕਟਾਂ 100-100 ਰੁਪਏ ਵਾਲੀਆਂ ਇੰਨੀਆਂ 20-20 ਵਾਲੀਆਂ ਇੰਨੀਆਂ ਪੂਰਾ ਖਜ਼ਾਨੇ ਵਾਂਗੂ ਖਜ਼ਾਨੇ 'ਚ ਉਹ ਜਾਰੀ ਕਰਾਈਆਂ ਜਾਣਗੀਆਂ ਜਿਹੜਾ ਬੰਦਾ ਲੈਣ ਗਿਆ ਉਹਦੇ ਸਾਈਨ ਹੋਣਗੇ ਔਰ ਉਹਨੂੰ ਸੇਫ ਕਸਟਡੀ 'ਚ ਇਹ ਭਾਰਤ ਸਰਕਾਰ ਦਾ ਪੈਸਾ ਹੈ ਇਹਨੂੰ ਸੰਭਾਲ ਕੇ ਰੱਖਣਾ ਬੜਾ ਜ਼ਰੂਰੀ ਹੈ ਔਰ ਜੇ ਇਹ ਪੈਸਾ ਕੋਈ ਵੀ ਚੋਰੀ ਕਰਦਾ ਨੁਕਸਾਨ ਪਹੁੰਚਾਉਂਦਾ ਧਾਰਾ 444 ਅਤੇ ਕਰਪਸ਼ਨ ਦੇਸ਼ ਦਰੋਹ ਦਾ ਮੁਕੱਦਮਾ ਚੋਰੀ ਦਾ ਮੁਕੱਦਮਾ ਗੌਰਮੈਂਟ ਦੀ ਸਟੈਂਪ ਨੂੰ ਮਿਸਯੂਜ਼ ਕਰਨ ਦਾ ਮੁਕੱਦਮਾ ਇਹ ਉਹ ਬੰਦੇ 'ਤੇ ਇਹ ਲੱਗਦੇ ਨੇ ਜੇ ਕੋਈ ਇਹਨੂੰ ਪਰਸਨਲ ਤੌਰ 'ਤੇ ਇਸਤੇਮਾਲ ਕਰਦਾ ਯਾਨੀ ਕਿ ਇਹ ਸਰਕਾਰ ਦੇ ਕੰਮਾਂ ਲਈ ਸਰਕਾਰ ਲਈ ਹੀ ਵਰਤਿਆ ਜਾਂਦਾ ਸਰਕਾਰ ਦੇ ਕੰਮਾਂ ਲਈ ਮੰਨ ਲਓ ਸਰਕਾਰ ਨੇ ਮੈਨੂੰ ਨੋਟਿਸ ਭੇਜਣਾ ਮੇਰੇ ਕੋਲ ਚਿੱਠੀਆਂ ਆਉਂਦੀਆਂ ਸਰਕਾਰੀ ਅਦਾਰਿਆਂ 'ਚੋਂ ਉਹਦੇ 'ਤੇ ਸ਼ੇਅਰ ਵਾਲੀ ਟਿਕਟ ਲੱਗੀ ਹੁੰਦੀ ਹੈ ਮੈਂ ਆਪਣੇ ਮਿੱਤਰ ਨੇ ਇਹਨਾਂ ਨੂੰ ਕਹਿੰਦਾ ਕੈਮਰਾਮੈਨ ਇਹਨਾਂ ਨੂੰ ਪਬਲਿਕ ਨੂੰ ਦਿਖਾ ਦੇਣ ਆਹ ਸ਼ੇਅਰ ਵਾਲੀ ਸਟੈਂਪ ਹੈ ਭਾਰਤੀ ਰਾਜਸਵ ਲਿਖਿਆ ਹੁੰਦਾ ਇਹਦੇ 'ਤੇ 5-5 ਰੁਪਏ ਦੀਆਂ 6 ਟਿਕਟਾਂ ਲੱਗੀਆਂ ਨੇ 30 ਰੁਪਈਏ ਦੀ ਟਿਕਟ ਲੱਗੀ ਹੈ ਭੇਜਣ ਵਾਲਾ ਇੱਕ ਪ੍ਰਾਈਵੇਟ ਅਦਾਰਾ ਅਗਰੁੱਪ ਡੀ ਇੰਪਲੋਈ ਇੱਕ ਜਾਲੀ ਫੈਡਰੇਸ਼ਨ ਬਣੀ ਹੋਈ ਹੈ ਇਹਦੀ ਵੀ ਮੇਰੇ ਕੋਲ ਰਿਪੋਰਟ ਆ ਚੁੱਕੀ ਹੈ ਡਿਪਟੀ ਕਮਿਸ਼ਨਰ ਨੇ ਕਹਿਤਾ ਕਿ ਅਸੀਂ ਇਹੋ ਜਿਹੀ ਕੋਈ ਸੰਸਥਾ ਨੂੰ ਰਜਿਸਟਰ ਨਹੀਂ ਕੀਤਾ ਹੋਇਆ ਇਹਦਾ ਜਿਹੜਾ ਮੁਖੀਆ ਆਪਣੇ ਆਪ ਨੂੰ ਕਹਿੰਦਾ ਉਹ ਇੱਕ ਰਣਜੀਤ ਮਿਸ਼ਰਾ ਨਾਂ ਦਾ ਬੰਦਾ ਹੈ ਇੱਕ ਚੰਦਰਭਾਨ ਹੈ ਇੱਕ ਸੁਖਦੇਵ ਸ਼ਰਮਾ ਹੈ ਵਿਨੇ ਪਾਸਵਾਨ ਹੈ ਅਤੇ ਹੋਰ 6-7 ਬੰਦੇ ਨੇ ਮੈਂ ਤੁਹਾਨੂੰ ਨਾਮ ਦੱਸਦਾ ਉਹਨਾਂ ਦਾ ਅਤੇ ਉਹਨਾਂ ਨੇ ਹੈੱਡ ਮਿਸਟਰੈਸ ਗੌਰਮੈਂਟ ਮਿਡਲ ਸਕੂਲ 56 ਪਲਸੋਰੇ 'ਚ ਇੱਕ ਚਿੱਠੀ ਪਾਈ ਸੀ ਆਪਣੇ ਇਸ ਲੈਟਰ ਪੈਡ ਦੇ ਉੱਤੇ ਆਹ ਲੈਟਰ ਪੈਡ ਹੈ ਲੈਟਰ ਪੈਡ ਦੇ ਵਿੱਚ ਉਹਨੇ ਲਿਖਿਆ ਸੀ ਕਿ ਜੇ ਤੂੰ ਆਹ ਨਾ ਕੀਤਾ ਜੇ ਤੂੰ ਬੰਦਿਆਂ ਨੂੰ ਧਮਕੀ ਵਾਲਾ ਲੈਟਰ ਹੈ ਔਰ ਅਸੀਂ ਤੇਰਾ ਪੁਤਲਾ ਫੂਕਾਂਗੇ ਫਿਰ ਉਸ ਤੋਂ ਬਾਅਦ ਡੀ ਓ ਨੂੰ ਚਿੱਠੀ ਲਿਖਤੀ ਫਿਰ ਡੀ ਐੱਸ ਸੀ ਨੂੰ ਚਿੱਠੀ ਲਿਖਤੀ ਪਾਰੁਲ ਮੈਡਮ ਕੋ ਆਪਣਾ ਆਲਾ ਅਧਿਕਾਰੀਓਂ ਸੇ ਨਹੀਂ ਡਰਤੀ ਹੈ ਹਮ ਉਸਕਾ 19 ਤਰੀਕੋ ਪੁਤਲਾ ਫੂਕੇਂਗੇ ਮਜਬੂਰ ਕਰੇਂਗੇ ਆਹ ਦੇਖੋ ਜਿੰਨੇ ਚਿੱਠੀ ਭੇਜੀ ਹੈ ਜਨਰਲ ਸੈਕਟਰੀ ਦੀ ਮੋਹਰ ਲਾ ਕੇ ਵਿਨੇ ਪਾਸਵਾਨ ਦੇ ਸਿਗਨੇਚਰ ਨੇ ਚਲੋ ਇਹ ਤਾਂ ਯੂਨੀਅਨ ਆਮ ਤੌਰ ਤੇ ਭੇਜਦੀਆਂ ਨੇਗੀਆਂ ਜਦੋਂ ਕੋਈ ਮੰਗ ਰੱਖਦੀਆਂ ਨੇ ਬਿਲਕੁਲ ਭੇਜ ਸਕਦੀਆਂ ਨੇ ਉਹਨਾਂ ਕੋਲ ਪਾਵਰ ਹੈ ਬਟ ਪਹਿਲੀ ਗੱਲ ਤਾਂ ਯੂਨੀਅਨ ਉਹ ਯੂਨੀਅਨ ਰਜਿਸਟਰਡ ਹੋਣੀ ਚਾਹੀਦੀ ਹੈ ਤੇ ਯੂਨੀਅਨ ਰਜਿਸਟਰਡ ਨਹੀਂ ਹੈ ਡੀਸੀ ਸਾਹਿਬ ਦੀ ਚਿੱਠੀ ਆ ਗਈ ਮੋਰ ਓਵਰ ਅਪਲਾਈ ਦੇ ਵਿੱਚ ਜੇ ਕਿਸੇ ਨੇ ਭੇਜ ਵੀ ਦਿੱਤੀ ਕੋਈ ਗੱਲ ਨਹੀਂ ਤੁਸੀਂ ਜੋ ਮਰਜ਼ੀ ਲਿਖੋ ਤੁਹਾਡੇ ਕੋਲ ਫਰੀਡਮ ਆਫ ਸਪੀਚ ਹੈ ਪਰ ਫਰੀਡਮ ਆਫ ਸਪੀਚ ਦਾ ਮਤਲਬ ਇਹ ਨਹੀਂ ਕਿ ਮੈਂ ਗਾਲਾਂ ਕੱਢਾਂ ਮਾਵਾਂ ਭੈਣਾਂ ਦੀਆਂ ਪਰ ਆਪਣੇ ਘਰ ਕੱਢਾਂ ਨਾ ਫਿਰ ਉਹ ਤੋਂ ਫਰੀਡਮ ਆਫ ਸਪੀਚ ਸ਼ੁਰੂ ਹੁੰਦੀ ਹੈ ਆਹ ਵਾਲੀ ਸਟੈਂਪ ਨੂੰ ਵਰਤਣ ਦਾ ਅਧਿਕਾਰ ਕਿਹਨੇ ਦਿੱਤਾ ਇਹ 30 ਰੁਪਏ ਉਮਰ ਕੈਦ ਕਰਾਉਣਗੇ ਅਤੇ ਜਾਂ ਦੇਸ਼ ਦਰੋਹ ਦਾ ਮੁਕੱਦਮਾ ਦਰਜ ਕਰਾਉਣਗੇ ਇਹ ਮੇਰੀ ਗਰੰਟੀ ਹੈ ਔਰ ਇਹ ਤਾਂ ਕੋਰਟ ਨੇ ਹਜੇ ਫੈਸਲਾ ਕਰਨਾ ਹੈ ਮਲਨ ਸਾਹਿਬ ਤੁਸੀਂ ਪਹਿਲਾਂ ਗਰੰਟੀਆਂ ਚੱਕੀਆਂ ਨੇ ਗਰੰਟੀਆਂ ਤਾਂ ਚੱਕਦਾ ਪਿਆ ਕਿ ਮੈਂ ਕੰਪੀਟੈਂਟ ਹਾਂ ਮੈਂ ਕੋਰਟ ਦਾ ਅਸਿਸਟ ਕੋਰਟ ਨੂੰ ਅਸਿਸਟ ਕਰਨ ਵਾਲਾ ਇੱਕ ਲਾਇਰ ਹਾਂ ਮੈਂ ਕੋਰਟ ਨੂੰ ਦੱਸਣਾ ਦੇਖੋ ਅਸੀਂ ਜਾ ਕੇ ਕੋਰਟ 'ਚ ਕੀ ਕਹਿੰਦੇ ਮਾਈ ਲਾਰਡ ਮੇਰਾ ਰੱਬ ਅਤੇ ਮੇਰੇ ਰੱਬ ਕੋਲ ਬੜੇ ਕੰਮ ਨੇ ਉਹ ਭੁੱਲਿਆ ਹੁੰਦਾ ਆਪਣੀਆਂ ਸ਼ਕਤੀਆਂ ਮੈਂ ਜਾਣਾ ਜਾ ਕੇ ਸ਼ਕਤੀ ਯਾਦ ਕਰਾਉਣਾ ਕਿ ਜਨਾਬ ਇਹ ਗੜਬੜ ਹੋ ਗਈ ਜੇ ਜਗਾਓ ਆਪਣੀ ਸ਼ਕਤੀ ਸਕੂਲ ਜਿਹੜਾ ਹੈ ਸਰਕਾਰ ਵੱਲੋਂ ਸਕੂਲ ਹੈ ਅਤੇ ਸਕੂਲ ਨੇ ਮੈਨੂੰ ਨੋਮੀਨੇਟ ਕੀਤਾ ਮੈਨੂੰ ਇੰਗੇਜ ਕੀਤਾ ਔਰ ਮੈਂ ਸਕੂਲ ਵੱਲੋਂ ਪਾਵਰ ਅਟੋਰਨੀ ਲੈ ਕੇ ਅਤੇ ਮੈਂ ਇਹਦੇ 'ਚ ਪੇਸ਼ ਹੋਇਆ ਪ੍ਰੋਪਰ
नंबर लगा है मेरे अगला सरकारी मुलाजम है कि पता उन्होंने लौट हुई हो जे कल यह गल कह दे हो कि यह जो काम है ये लोग भलाई का कर रहे हैं ये सरकार का काम है सरकार की जिम्मेवारी बनती है नो 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 मैं भी सड़क पर झाड़ू मार दा लोग भलाई का काम है तो मैं सरकारी चिट्ठी नहीं भर सकता जे लोग भलाई का काम है मैं अपनी जेब च करूँगा हाँ डिप्टी कमिश्नर साहब सुनील कुमार मल्लन नू ऑथराइज कर देने टिकट वरतन लई ताकत नहीं है उन्होंने चलो ₹30 जमा करा देने इस तो पहले मैं ₹20 भी पटवारी कैद कराई कि नहीं कराई ਉਹਨੇ ਸਿਰਫ ₹10 ਮਨ ਸਾਹਿਬ ਸਾਰੇ ਮਾਮਲੇ ਇਹ ਕਹੀਏ ਕਿ ਇਸ ਤਰ੍ਹਾਂ ਦੇ ਨੇ ਕਿ ਤੁਸੀਂ ₹10-20 ਪਿੱਛੇ ਲੋਕਾਂ ਨਾਲ ਲੜੀ ਜਾਂਦੇ ਹੋ ਭਾਜੀ ਮੈਂ ਛੋਟਾ ਵਕੀਲ ਆਣਾ ਜੇ ₹10-20 ਵਾਲੇ ਮੁਕਦਮੇ ਲੜ ਸਕਦਾ ਮੈਂ ਵੱਡਾ ਵਕੀਲ ਹੀ ਨਹੀਂ ਹੈਗਾ ਇਹਦਾ ਇੰਪੈਕਟ ਬਹੁਤ ਖਤਰਨਾਕ ਦਿਖਾ ਰਹੇ ਹੋ ਜਿਹੜਾ ਤੁਸੀਂ ਦਿਖਾ ਰਹੇ ਹੋ ਹੋ ਸਕਦਾ ਇਦੋਂ ਪਹਿਲਾਂ ਵੀ ਕਿਤੇ ਯੂਜ਼ ਹੋ ਗਿਆ ਹੋਣਾ ਹਾਂ ਉਹਲੇ ਉਹ ਵੱਖਰੇ ਕੇਸ ਹੋਣਗੇ ਉਹ ਡਿਪਾਰਟਮੈਂਟ ਕੱਢ ਰਿਹਾ ਇਹ ਇੰਨੇ ਮਹਿਕਮੇ ਨੂੰ ਚਿੱਠੀ ਗਈ ਹੈ ਲਓ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਡਰਦਾ ਹੀ ਨਹੀਂ रसीद लगती है मैं पढ़ के सुनाना पहला चलो फोटो ले लैन वीर जी मैं पढ़ के सुनाना ए सब तो पहला लिखा होंगे काउंटर नंबर केड़ा ते डाकखाना केड़ा जिथो आर्टिकल बुक होया जी चिट्ठी जो बुक हुई ये आर्टिकल GPO 3/10/2022 13:24 से यदा रजिस्टर्ड पोस्ट का नंबर लग्या अगे लिखा अमाउंट रूपीज़ टू एज कैश आलो जी इतने थोड़े कैमरा मार सकते हो अमाउंट रूपीज़ टू एज कैश नैट वेट 45 ग्राम यानी कि 45 ग्राम वाली कैटागरी आती हो सकता है 32 ग्राम हो 33 ग्राम हो पर यह जी रेंज होंगी इन्हों की उस कैटागरी आती है अगे लिखा SS आप भाजी शॉर्ट जो ले सकते हो SS का SS का मतलब होंगे सर्विस स्टैंप का मतलब होंगे गौरमेंट की स्टैंप तो गौरमेंट की स्टैंप वरतन का अधिकार किसी को नहीं जे इत्थे कोई होर शब्द होंगे तो शायद तुसी मेरे ते इल्जाम ला सकते सी या ये जिहड़ी टीम है जिहड़ी सारे ही सो कॉल्ड उछलन वाले मैं मूँह कुछ होर कहन लगा सी जो ये उस वे इल्जाम ला सकते कि शायद सुनील मल्लन ने टिकटा बदलती ये तो हूँ भी पता नहीं थोड़ू उस बाद चाहो कह भी भाई हजे कोर्ट ने फैसला करा नहीं सुनील मल्लन पहले ही रौला पाई जाता कि पता अभी कल सही साबित कर दी अगले को तत्थ हूँ कोई सबूत ले बैठा हो कोई नहीं जो सही साबित कर देंगे तो मैं वकालत छड़ दूँ एडा वा चैलेंज करता चैलेंज करता कमाल करती सर तुम ये ना मैं एक होर गल समझा दा एक क्राइम रिपोर्टेड बाय गवर्नमेंट है सरकार ने रिपोर्ट किया हैड मिस्ट्रेस ने रिपोर्ट किया बाय नेम कंप्लेंट नहीं है पढ़ो मेरी रिट सॉरी डायरेक्शन लिया भाजी नेड़े कौन कर रहा है इंचार्ज वलीक हैड मिस्ट्रेस गवर्नमेंट मिडिल स्कूल 56 पलसोरा अगेंस्ट स्टेट ऑफ यूटी ये चलो स्टैंडर्ड पैटर्न होंगे साडा डिस्ट्रिक्ट मजिस्ट्रेट क्यों सी डिप्टी कमिश्नर भी चिट्ठी लिखी भी थारी सरकारी स्टैंप वरती की जवाब दो SSP UT पुलिस हेडक्वार्टर चीफ विजिलेंस ऑफिसर नूं भी भेजी है क्योंकि सरकारी पैसे का गबन है करप्शन एक्ट 13 ABC उहदे विच आउंदा है कैटेगरी च कवर्ड है डायरेक्टर डिपार्टमेंट ऑफ पब्लिक रिलेशनज ये जिहड़ा मीडिया नूं कंट्रोल करता है क्योंकि इहदे विच एक बंदा अपने आप नूं TV चैनल कह रहा है पहला भी एक छुंछना TV बंद कराया सी हुण इह भी बंद होएगा उहदा भी मैं तुहानूं दिखाना नोटिस मिनिस्ट्री ऑफ ब्रॉडकास्ट एंड कम्युनीकेशन नूं मैं नोटिस पाया ये बंदा अपने आप TV चैनल कहता तो यह मैं लसेंस विखाओ कितने है मैंडेटरी लसेंस है यू कैन नॉट बी अंडर द नेम ऑफ TV चैनल यू कैन बी यूट्यूबर नो प्रॉब्लम बट यू कैन नॉट बी ए TV चैनल ठीक है जी उस तो बाद SHO PS 39 ये तो कोई जवाब मंगे है आ जा भी जवाब दे दे उस तो बाद रणजीत मिश्रा प्रेजिडेंट अपने आप कहता है चंद्रपान चेयरमैन उन्होंने फोन नंबर दिते ने सुखदेव शर्मा एडवाइजर विनय पासवान हरबंस सिंह चेयरमैन कोई है फिर सुखबीर सिंह जनरल सैकटरी कहता है सारे जने 7 to 12 तक जे अपने आप का दफ्तर विखाते हैं ओटावा है कोई एजुकेशन डी तो UD सपोर्डिनेट सर्विस के ना तो एक है कुमार मधुकर है तो उत्ते ही सब तो पहला ही भीख मंगता है शुरू चैनल में ही कि मेरे चैनल में तुम पैसे की मदद भेजो तुम यह भेजो तो वन साइडेड खबर लाता कोई प्रूफ दिते बिना अज भी मेरे को आयो तो हाईकोर्ट के नोटिस वेख के फिर आयो
क्योंकि मेरे पल्ले कुछ है जो मैं कला ही कही जावा चोर है चोर है चोर है कभी भी नहीं लाओगे। पर जो देखा जाए यह मामला कला ये नहीं, खैर क्योंकि एक एग्जाम्पल भी है कि कल कोई जाने अनजाने भी यूज ना कर जाए, क्योंकि इन्ना लो चलो थोड़ा काम है तुम किताबा पढ़ लिया, आम लोगों को कई बार नहीं पता होता। मेरे को स्टैंपा पाई हूँ, मैं कहना हो सकता भी मैं यूज करना यार, चलो मेरे वो 2 रुपये बच जाएंगे, जा मैं कितने जाऊँगा लैन, मैं आपदियाँ हिलाके भेजना, चिट्ठी भेजन तक का मतलब होंगे। तो ये जे देखा जाए यानी कि इन्ना वाला क्राइम है कि तुम सरकारी टिकट में जाने अनजाने भी वरतों ना करो। इगनोरेंस ऑफ लॉ इज नॉट एन एक्सक्यूज कि मैं पता नहीं कि चपेड़ मारना कानूनन जुर्म है, जेब चो पैसे चोरी करना कानूनन जुर्म है, कतल करना कानूनन जुर्म है, एक रिवालवर मैं तुम्हें गोली मार देना, मैं जाके थाने कह देना भाजी मैंने पता नहीं कि सुमित को मारना कानूनन जुर्म है या कतल की कैटागरी जाता मैं माफ़ कर दो, ये फिर कानून ना हो गया, फिर तो बोझू वाला बस्ता ही हो गया जोड़ा मर्जी मोढ़े से पा के तुरै फिर वो कवे बाद चो कवे मैंने पता नहीं लगा। आखिरकार जो स्टैंपा भावे ₹5, ₹2, ₹10 जो भी रेट दियां होण, पर सरकार की जिहड़ी स्टैंप जिहड़ी कि सरकार ने ही खरीदी आ आपदे काम दे लई, तां जेकर उहनूं कोई निजी तौर ते वरतदा तां फिर इस तरह दे नाल बखेड़ा खड़ा हो सकदा, ये बेहद समझण दी लोड़ आ। वीडियो जर्नलिस्ट अमन के नाल समीत सिंह रोजाना स्पोक्समैन टीवी चंडीगढ़।